ਨਸ਼ੇ ਨੂੰ ਲੈ ਕੇ ਸਰਕਾਰਾਂ ਕੀ ਕਰ ਰਹੀਆਂ ਨੇ, ਸਰਕਾਰੀ ਦਾਅਵੇ ਕੀ ਕਹਿੰਦੇ ਨੇ, ਅਤੇ ਉਹ ਸਰਕਾਰੀ ਦਾਅਵਿਆਂ ਦੇ ਵਿਚਕਾਰ ਪੰਜਾਬ ਦੇ ਨੌਜਵਾਨ, ਪੰਜਾਬ ਦੇ ਲੋਕ ਕੀ ਕਹਿੰਦੇ ਨੇ, ਇਹ ਜਾਣਦੇ ਹਾਂ ਕਿ ਕਿੰਨਾ ਇਸ 2.5 ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਨੇ ਨਸ਼ਾ ਖਤਮ ਕੀਤਾ ਹੈ, ਜਾਂ ਫਿਰ ਇਸ ਤੋਂ ਪਹਿਲਾਂ ਜੋ ਅਕਾਲੀ ਭਾਜਪਾ ਸਰਕਾਰ ਸੀ ਉਸ ਵਕਤ ਨਸ਼ੇ ਦੇ ਕੀ ਹਾਲਾਤ ਨੇ, ਅਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਨਸ਼ਾ ਕਿਸ ਤਰ੍ਹਾਂ ਹੈ, ਅਤੇ ਕਿਸ ਤਰ੍ਹਾਂ ਨੌਜਵਾਨ ਇਸ ਨੂੰ ਲੈ ਕੇ ਰੁਝਾਨ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਗੁਰਪੇਜ। ਅੱਛਾ ਗੁਰਪੇਜ, ਜਿਵੇਂ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਹਰ ਪਾਸੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਵਿਰੋਧੀ ਧਿਰਾਂ ਵੀ ਨਸ਼ੇ ਨੂੰ ਲੈ ਕੇ ਸਵਾਲ ਉਠਾ ਰਹੀਆਂ ਨੇ, ਅਤੇ ਨਾਲ ਦੀ ਨਾਲ ਪੰਜਾਬ ਦੇ ਲੋਕ ਸਵਾਲ ਉਠਾਉਂਦੇ ਨੇ ਕਿ ਪੰਜਾਬ ਦੇ ਵਿੱਚ ਹਾਲੇ ਵੀ ਨਸ਼ਾ ਉਸੇ ਤਰ੍ਹਾਂ ਹੀ ਬਰਕਰਾਰ ਹੈ। ਤੁਹਾਨੂੰ ਲੱਗਦਾ ਕਿ ਇਸ 2.5 ਸਾਲ ਦੇ ਕਾਰਜਕਾਲ ਦੌਰਾਨ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਨਸ਼ਾ ਖਤਮ ਕੀਤਾ? ਨਹੀਂ, ਜਿਵੇਂ ਬਿਲਕੁਲ ਥੋੜ੍ਹੀ ਜਿਹੀ ਹੱਦ ਤੱਕ ਹੀ ਕਹਿ ਸਕਦੇ ਹਾਂ ਖਤਮ ਕੀਤਾ। ਜਿੰਨੇ ਵਾਅਦੇ ਕੀਤੇ ਸੀ ਵੱਧ ਕਰ ਸਕਦੇ, ਉਦੋਂ ਵਰਕ ਉਨੀ ਐਫਰਟ ਨਹੀਂ ਕਰ ਰਹੇ, ਬਹੁਤ ਘੱਟ ਐਫਰਟ ਕਰ ਰਹੇ ਨੇ। ਈਵਨ ਸਟਰੈਟਜੀ ਜਾਂ ਜਿਹੜੀ ਵੀ ਆ, ਕੋਈ ਸਟਰੈਟਜੀ ਨਹੀਂ ਹੈਗੀ, ਨਾ ਕੋਈ ਪਿੰਡਾਂ ਦੀ ਤੱਕ ਜਾ ਰਿਹਾ, ਜਾਂ ਜਿਹੜੇ ਅਸਲੀ ਵਿਕਟਮ ਨੇ ਉਹਨਾਂ ਤੱਕ ਕੋਈ ਨਹੀਂ ਅਪਰੋਚ ਕਰ ਰਿਹਾ, ਜਾਂ ਨਾ ਕੋਈ ਇਹਦਾ ਨੈਕਸਸ ਤੋੜਿਆ ਜਾ ਰਿਹਾ ਜਿਹ 'ਚ ਪੋਲੀਟੀਸ਼ੀਅਨ ਇਨਵੋਲਵਡ ਆ, ਜਾਂ ਹੋਰ ਕੋਈ ਵੱਡੇ ਫਾਰਮਰ ਹੋ ਗਏ ਜਾਂ ਵੱਡੇ ਲੈਂਡਲੋਰਡ ਜਿਹੜੇ ਇਹਨਾਂ 'ਚ ਇਨਵੋਲਵਡ ਨੇ, ਉਹਨਾਂ ਦਾ ਕੋਈ ਨੈਕਸਸ ਨਹੀਂ ਤੋੜਿਆ ਜਾ ਰਿਹਾ, ਉਹਨਾਂ ਦੇ ਨਾਲ ਕਨੀਵੀਅੰਸ ਹੈਗੀ ਆ ਉਹਨਾਂ ਦੀ ਪੋਲੀਟੀਕਲ ਜਿਹੜੀਆਂ ਪਾਰਟੀਆਂ ਦੀ ਆ। ਸੋ ਉਹ ਪੱਧਰ 'ਤੇ ਤਾਂ ਜੀ ਕੋਈ ਖਾਸ ਇੰਪਰੂਵਮੈਂਟ ਨਹੀਂ ਹੋਈ, ਕਿਉਂਕਿ ਆਪਣੇ 2.5 ਸਾਲ ਦਾ ਟੈਨਰ ਹੋ ਚੁੱਕਿਆ ਅਤੇ 2.5 ਸਾਲ ਥੋੜ੍ਹਾ ਨਹੀਂ ਹੁੰਦਾ, ਅਤੇ ਇਹਨਾਂ ਨੇ 4 ਹਫ਼ਤਿਆਂ ਦਾ ਵਾਅਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ, ਅਤੇ ਉਹ ਨਹੀਂ ਕੀਤੀ ਇਹਨਾਂ ਨੇ ਕੀਤਾ। ਜਿਹੜੀ ਪੁਰਾਣੀ ਸਰਕਾਰ ਸੀਗੀ, ਚਲੋ ਜੀ ਉਹਨਾਂ ਦੇ ਵੀ ਕਾਫੀ ਕਸੂਰ ਸੀਗੇ, ਬਟ 2.5 ਸਾਲ ਵੀ ਕਾਫੀ ਹੁੰਦੇ ਨੇ ਜੀ, ਅਤੇ ਜੇ ਹੁਣ ਵੀ ਇਹ ਸ਼ੁਰੂ ਕਰਨ, ਇੱਕ ਪ੍ਰੋਪਰ ਸਟਰੈਟਜੀ ਬਣਾ ਲੈਣ, ਇੱਕ ਟੀਮ ਵਰਕ ਥਰੂ ਕਰਨ, ਤਾਂ ਇਹ ਨਸ਼ਾ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ। ਅੱਛਾ, ਦੂਜਾ ਸਵਾਲ ਇਹ ਹੈਗਾ, ਤੁਸੀਂ ਨੌਜਵਾਨ ਵੀ ਹੈਗੇ ਆ ਅਤੇ ਕਾਫੀ ਮਿਲਣਾ ਜੁਲਣਾ ਵੀ ਹੁੰਦਾ ਕਿਸੇ ਨਾਲ, ਤੁਹਾਡੇ ਗਰੁੱਪ ਦੇ ਵਿੱਚ ਜਾਂ ਤੁਸੀਂ ਦੇਖਿਆ ਕੋਈ ਨਸ਼ਾ ਕਰਦਾ ਜਾਂ ਕਿਸੇ ਪ੍ਰਕਾਰ ਦੇ ਨਾਲ ਨਸ਼ਾ ਵਿਕਦਾ? ਨਹੀਂ, ਸਾਡੇ ਗਰੁੱਪ 'ਚ ਨਸ਼ਾ ਹੈਗਾ ਤਾਂ ਹੈ, ਜਿਹੜਾ ਜੀ ਅਸੀਂ ਜੇ ਦਾਰੂ ਨੂੰ ਤੁਸੀਂ ਨਸ਼ਾ ਹੈਗਾ ਹੀ ਆ, ਉਹ ਅਸੀਂ ਮੰਨਦੇ ਕਿ ਉਹ ਗੱਲ ਹੀ ਹੈ ਨਹੀਂ, ਹੈਗੀ ਆ ਉਹ ਨਸ਼ਾ ਉਨਾ ਕੁ ਹੈਗਾ ਜੀ, ਜਿਹੜਾ ਆਪਣਾ ਹੈਡ ਉਹ ਹੁੰਦਾ ਚਿੱਟਾ ਹੋ ਗਿਆ ਜਾਂ ਕੋਈ ਇਹੋ ਜਿਹਾ ਮੈਡੀਕਲ ਨਸ਼ਾ ਹੋ ਗਿਆ, ਉਹ ਆਪਣੇ ਆਹ ਅਰਬਨ ਇੱਧਰਲੀ ਸਾਈਡ ਜਿਵੇਂ ਯੂਨੀਵਰਸਿਟੀ ਵਾਲੀ ਸਾਈਡ ਘੱਟ ਪਾ ਜਾਂਦੇ, ਕਿਉਂਕਿ ਬੱਚੇ ਦੇ ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ, ਪੜ੍ਹਨਾ ਵੀ ਹੁੰਦਾ ਜੀ, ਬਿਲਕੁਲ ਕਦੇ ਨਸ਼ੇ 'ਤੇ ਨਿਰਭਰ ਨਹੀਂ ਹੋਣਾ ਹੁੰਦਾ, ਬਟ ਕਿਸੇ ਹੱਦ ਤੱਕ ਦਾਰੂ ਕਾਫੀ ਹੈਗੀ ਆ ਜੀ, ਅਤੇ ਉਹ ਕਿਤੇ ਨਾ ਕਿਤੇ ਹੁਣ ਐਕਸੈਪਟ ਕਰਨੀ ਪੈ ਜਾਂਦੀ ਆ, ਜਦੋਂ ਉਹ ਵੱਡੇ ਲੈਵਲ ਦਾ ਨਸ਼ਾ ਆ ਗਿਆ ਸੀ ਉਹ ਜ਼ਿਆਦਾ ਵੱਡੀ ਪ੍ਰੋਬਲਮ ਆ ਗਈ, ਕਿ ਉਹ ਬੰਦਾ ਇੱਕ ਤਰ੍ਹਾਂ ਮੌਤ 'ਤੇ ਲੈ ਜਾਂਦੀ ਆ, ਵੀ ਚਲੋ ਦਾਰੂ ਐਕਸੈਪਟੇਬਲ ਜੀ ਬਣਾਈ ਆ, ਪਰ ਉਹ ਵੀ ਇੱਕ ਤਰ੍ਹਾਂ ਨਸ਼ਾ ਮਾੜਾ ਹੀ ਹੈ ਜੀ, ਉਹ ਹੈਗਾ ਜੀ ਇੱਥੇ। ਦੂਜਾ ਜੇ ਤੁਸੀਂ ਕਹੋ ਵੀ ਸਾਡੇ ਇੱਥੇ ਵੀ ਕਿਸੇ ਗਰੁੱਪ 'ਚ ਹੋਵੇ ਜਾਂ ਕੋਈ ਪਾਰਟੀਆਂ ਵਾਲਿਆਂ ਦਾ ਹੋਵੇ, ਉਹ ਹੈ ਨਹੀਂ ਜੀ, ਉਹ ਇੰਨਾ ਜਿਹੜਾ ਮੈਡੀਕਲ ਨਸ਼ਾ ਇਹ ਹੋ ਗਿਆ, ਉਹਦਾ ਮੇਨ ਵਜ੍ਹਾ ਕੁਛ ਆਨੇ ਕਾਰਨ ਕੀ, ਕਿਹੜੇ ਕਿਹੜੇ ਕਾਰਨਾਂ ਕਰਕੇ ਨਸ਼ਾ ਵਿਕ ਰਿਹਾ, ਜਾਂ ਫਿਰ ਕਿਉਂ ਨਸ਼ੇ ਦੇ ਉੱਤੇ ਨੱਥ ਪਾਉਣ ਦੇ ਵਿੱਚ ਸਰਕਾਰ ਫੇਲ ਹੈ? ਹਾਲਾਂਕਿ 4 ਹਫ਼ਤਿਆਂ ਦੇ ਵਿੱਚ ਗੁਟਕਾ ਸਾਹਿਬ ਨੂੰ ਹੱਥ ਦੇ ਵਿੱਚ ਲੈ ਕੇ ਸਹੁੰ ਖਾਧੀ ਗਈ ਹੈ, ਪਰ ਸਹੁੰ ਨੂੰ ਵੀ ਭੁੱਲ ਗਏ, ਨਸ਼ਾ ਵੀ ਉਸ ਤਰ੍ਹਾਂ ਵਿਕ ਰਿਹਾ, ਕਾਰਨ ਕੀ ਨੇ? ਇੱਕ ਤਾਂ ਜੀ ਸਰਕਾਰ ਦੀ ਨੀਤ ਨਹੀਂ ਹੈਗੀ, ਸਰਕਾਰ ਆਪ ਵੀ ਨਹੀਂ ਚਾਹੁੰਦੀ, ਉਹਨਾਂ 'ਤੇ ਕੋਈ ਉਹ ਧਿਆਨ ਨਹੀਂ ਦਿੰਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜੇ ਉਹਨਾਂ ਨੂੰ ਪਤਾ ਇੰਨਾ ਯੂਥ ਸਾਡਾ ਜਾਂਦਾ ਵੀ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਮਤਲਬ ਵੋਟਾਂ ਲੈਣ ਤੱਕ। ਹਾਂ, ਵੋਟਾਂ ਲੈਣ ਤੱਕ ਹੀ ਵਾਅਦਾ ਸੀ, ਜੇ 4 ਹਫ਼ਤਿਆਂ ਦਾ ਵਾਅਦਾ ਵੀ ਸੀਗਾ, ਉਹ ਪਹਿਲੀ ਗੱਲ ਪ੍ਰੈਕਟੀਕਲ ਗੱਲ ਨਹੀਂ ਹੈਗੀ ਸੀ, 4 ਹਫ਼ਤਿਆਂ 'ਚ ਕਹਿ ਦੇਣਾ ਮੈਂ ਕਰ ਦੂੰਗਾ, ਐਂ ਕਰ ਦੂੰਗਾ, ਫਿਰ ਉਹ ਐਡੀ ਗੱਲ ਕਰ ਦੇਣੀ ਅਤੇ ਬਾਅਦ 'ਚ ਲੋਕਾਂ 'ਚ ਆਉਣਾ ਨਹੀਂ, ਉਹ ਮੁੱਖ ਮੰਤਰੀ ਇਹੋ ਜਿਹਾ ਜੀ, ਉਹ ਲੋਕਾਂ 'ਚ ਤਾਂ ਆਉਂਦਾ ਨਹੀਂ ਗਾ, ਉਹ ਕਦੇ ਵੀ ਨਾ ਉਹ ਪਿੰਡ ਜਾਂਦਾ ਕਿਸੇ ਥਾਂ ਜਾਂਦਾ, ਉਹ ਇਹੋ ਜਿਹਾ ਬਸ ਆਪਦਾ ਉਹਦੇ ਐਡੇ ਐਡੇ ਵਾਅਦੇ ਛੱਡ ਦਿੰਦਾ, ਵੋਟਾਂ ਲੈ ਲੈਂਦੇ ਆ, ਚਾਹੇ ਕਿਸਾਨੀ ਦੇਖ ਲਓ ਜਾਂ ਅਨਇੰਪਲੋਇਮੈਂਟ ਦੇਖ ਲਓ, ਈਵਨ ਇੰਪਲੋਇਮੈਂਟ ਦਾ ਮੁੱਦਾ ਵੀ ਹੁੰਦਾ ਜਿਵੇਂ ਯੂਥ 'ਚ ਜ਼ਿਆਦਾ, ਉਹ 'ਚ ਵੀ ਦੇਖ ਲਓ ਇੰਨੀ ਕਹਿ ਦੇਣਗੇ ਅਸੀਂ ਇੰਨੀ ਜੋਬ ਦੇਵਾਂਗੇ, ਐਂ ਦੇਵਾਂਗੇ, ਕਿਤੇ ਨਾ ਕਿਤੇ ਉਹ ਲਿੰਕ ਹੋ ਜਾਂਦਾ ਜੀ ਨਸ਼ੇ ਨਾਲ, ਹੁਣ ਕਾਫੀ ਅਨਇੰਪਲੋਇਡ ਯੂਥ ਹੈ, ਉਹਨਾਂ ਨੂੰ ਨਸ਼ਾ ਉਹ ਨਸ਼ੇ 'ਤੇ ਨਿਰਭਰ ਹੋ ਜਾਂਦੇ, ਉਹਨਾਂ ਦਾ ਨਹੀਂ ਕਰ ਪਾਉਂਦੇ ਕੁਛ, ਅਤੇ ਉਹਨਾਂ ਨੂੰ ਲੱਗਦਾ ਰਿਸਪਾਈਟ ਮਿਲਦੀ ਆ ਕਿ ਆਹ ਨਸ਼ਾ ਸਾਡਾ ਠੀਕ ਆ, ਚਲੋ ਜੇ ਕੁਛ ਹੋਰ ਨਹੀਂ। ਸਰਕਾਰਾਂ ਜੀ ਬਹੁਤ ਘੱਟ ਕਰ ਰਹੀਆਂ ਨੇ, ਕਰ ਸਕਦੀਆਂ, ਈਵਨ ਯੂਥ ਵੀ ਪਸੰਦ ਨਹੀਂ ਕਰਦਾ, ਫਸ ਜਾਂਦੇ ਅਸੀਂ ਤਾਂ 1 ਸਾਲ 1 ਵਾਰ ਚੁਣ ਕੇ ਸਰਕਾਰ ਨੂੰ, 5 ਸਾਲ ਤੱਕ ਅਸੀਂ ਝਾਕੀ ਜਾਂਦੇ ਹਾਂ ਜੀ, ਨਾ ਜੀ ਆਊਗੀ ਸਰਕਾਰ ਕੋਈ, ਅਸੀਂ ਫੇਰ ਆਊਗੀ। ਇਹਨਾਂ ਨੂੰ ਪਤਾ ਸਾਡੇ 70-75 MLA ਜੀ, ਮੇਰਾ ਕੀ ਆ, 10-5 ਰੁੜਦੇ ਆ, ਕੋਈ ਵੀ ਕਰਦੇ ਆ, ਕੋਈ ਆਵਾਜ਼ ਨਹੀਂ ਚੱਕਦਾ ਜੀ, ਕੋਈ ਉਹ ਨਹੀਂ ਕਰਦਾ, ਹਰ ਕੋਈ ਆਪਦੇ ਆਪਦੀ ਕੁਰਸੀ ਬਚਾਉਣ 'ਤੇ ਹੋ ਜਾਂਦਾ ਜੀ। ਜੇ ਕੋਈ ਆਪਦੀ ਪਾਰਟੀ 'ਚ ਵੀ ਇਹਨਾਂ ਦੀ ਆਵਾਜ਼ ਚੱਕ ਰਿਹਾ, ਉਹਨਾਂ ਦਾ ਕੰਸਰਨ ਨਹੀਂ ਗਾ ਜੀ, ਉਹ ਆਪਦੀ ਫੈਮਿਲੀ ਤੱਕ ਰੱਖਦੇ ਆ, ਆਪਦੀ ਉਹ ਦੇਖਦੇ ਆ ਜੀ, ਸਾਡਾ ਫੈਮਿਲੀ ਠੀਕ ਆ, ਮੇਰੀ ਕੁਰਸੀ ਠੀਕ ਆ, ਮੇਰੀ ਕਮਾਈ ਠੀਕ ਆ, ਮੈਨੂੰ ਕੀ ਆ ਕਿਸੇ ਹੋਰ ਪਿੰਡ ਦਾ ਯੂਥ ਮਰ ਰਿਹਾ, 5-7 ਮਰ ਰਿਹਾ, ਹਰ ਪਿੰਡ 'ਚ ਹੁਣ 15 ਮੁੰਡੇ ਹੈਗੇ ਨੇ ਗਰੁੱਪ, ਹਰ ਪਿੰਡ 'ਚ ਐਕਸਕਲੂਡ ਹੋ ਰਹੇ ਨੇ, ਅਤੇ ਉਹ ਉਹਨਾਂ ਨੂੰ ਐਕਸਕਲੂਡ ਕਰ ਦਿੰਦੇ ਆ, ਉਹਨਾਂ ਨੂੰ ਆਪਣੀ ਪਾਰਟੀ ਨਹੀਂ ਮੰਨਦੇ, ਉਹ CM ਸਾਹਿਬ ਜਿਹੜੇ ਵੀ ਮਿਨਿਸਟਰ ਹੋ ਗਿਆ, ਸਰਕਾਰਾਂ ਹੋ ਗਈਆਂ, ਅਤੇ ਸਾਨੂੰ 5 ਸਾਲ ਬਾਅਦ ਮੌਕਾ ਮਿਲਦਾ, ਮੌਕਾ ਸਾਨੂੰ ਕਿਹਦੇ 'ਚ ਮਿਲੂਗਾ, ਸਾਨੂੰ ਵੱਧ ਤੋਂ ਵੱਧ ਦੂਜਿਆਂ ਨੂੰ ਚੁਣਨਾ ਪੈਣਾ, ਜੇ ਅਸੀਂ ਕਿਸੇ ਹੋਰ ਨੂੰ ਵੀ ਚੁਣੂਗਾ ਤਾਂ 1 MLA 2 ਆ ਜੂ, ਉਹਦੇ 70 ਤਾਂ ਉਹਨਾਂ ਉਰੇ, ਅਸੀਂ ਉਹ ਵੱਧ ਤੋਂ ਵੱਧ ਇੱਕ ਹੋਰ ਚੁਣ ਕੇ ਬਿਠਾ ਦਾਂਗੇ। ਉਹ ਪਹਿਲਾਂ ਨਸ਼ੇ ਨੂੰ ਲੈ ਕੇ ਵੀ ਸਿਆਸਤ ਹੋ ਰਹੀ
ਨਸ਼ਾ ਵੀਰੇ ਰੁਕਣ ਦਾ ਕਾਰਨ ਮੇਰੇ ਹਿਸਾਬ ਨਾਲ ਅੱਜ ਕੱਲ੍ਹ ਜਿਵੇਂ ਹਰੇਕ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ, ਮੇਨ ਗੱਲ ਆ ਜਿਹੜੀ ਉਹ ਆਪਦਾ ਇਕੱਲਾਪਣ ਦੂਰ ਕਰਨ ਲਈ ਬੰਦਾ ਕੁਛ ਨਾ ਕੁਛ ਵੀ ਇਹੋ ਜਿਹਾ ਨਸ਼ਾ ਆਪਦਾ ਦਾਰੂ ਪੀਣ ਲੱਗ ਗਿਆ। ਦਾਰੂ ਵਾਲਾ ਤਾਂ ਚਲੋ ਫਿਰ ਵੀ ਮਤਲਬ ਗਰੁੱਪ 'ਚ ਬਹਿ ਕੇ ਪੀਂਦਾ, ਚਿੱਟਾ ਚੁੱਟਾ ਬੰਦਾ ਇਕੱਲਾ ਬੈਠਾ ਜਿਹੜਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਅੱਜ ਕੱਲ੍ਹ ਹਰੇਕ ਬੰਦਾ ਹੀ ਮਤਲਬ ਡਿਪਰੈਸ਼ਨ ਦਾ ਸ਼ਿਕਾਰ ਹੀ ਆ ਕਿਉਂਕਿ ਟੈਨਸ਼ਨਾਂ ਇੰਨੀ ਵੱਧ ਗਈਆਂ। ਉਦੋਂ ਬਾਅਦ ਜੀ ਇਹਦੇ ਵਿੱਚ ਮੁਨਾਫਾ ਬਹੁਤ ਕਮਾ ਰਹੇ ਆ ਲੋਕ, ਉਹਨੂੰ ਸਸਤੀ ਚੀਜ਼ ਲੈ ਕੇ ਉਹਨੂੰ ਦੁੱਗਣੇ ਤਿੱਗਣੇ ਰੇਟ 'ਤੇ ਵੇਚ ਰਹੇ ਆ। ਸਰਕਾਰਾਂ ਵਿੱਚ ਇਨਕਲੂਡ ਹੁੰਦੀਆਂ, ਆਹ MLA ਨੂੰ ਇੰਨਾ ਪਰਸੈਂਟ ਜਾਓ, ਇਸ ਨੂੰ ਇੰਨਾ ਪਰਸੈਂਟ ਜਾਓ, ਉਹਨਾਂ ਨੇ ਕਾਹਤੋਂ ਰੋਕਣਾ ਜੀ, ਕਿਉਂ ਰੋਕਣਗੇ ਉਹ, ਇਹ ਮੇਨ ਕਾਰਨ ਮੇਰੇ ਹਿਸਾਬ ਨਾਲ। ਅੱਛਾ, ਜਦੋਂ ਵਾਅਦਾ ਕੀਤਾ ਸੀ ਤੁਹਾਨੂੰ ਕੀ ਲੱਗਦਾ ਫਿਰ ਉਸ ਵਾਅਦੇ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ? ਨਸ਼ਾ ਕਿਉਂ ਵਿਕ ਰਿਹਾ, ਨੌਜਵਾਨ ਕਿਉਂ ਮਰ ਰਹੇ ਨੇ, ਹਰ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ, ਹਰ ਮਾਂ ਦਾ ਜਿਹੜਾ ਹੈ ਉਹ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਹੰਝੂ ਵਿਹੁਣ ਤੋਂ ਬਾਅਦ ਉਹ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਮੇਂ ਦੀ ਸਰਕਾਰ ਨੂੰ ਕੋਸਦੀ ਹੈ, ਪਰ ਕੀ ਕਾਰਨ ਹੈ ਕਿ ਸ਼ਹਿਰਾਂ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਨਸ਼ਾ ਵੇਚਿਆ ਜਾ ਰਿਹਾ? ਕਿ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਇਸ ਦੇ ਵਿੱਚ ਸਰਕਾਰ ਦੇ ਆਪਣੇ ਮੰਤਰੀ ਆਪਣੇ ਵਿਧਾਇਕ ਨਸ਼ਾ ਤਸਕਰਾਂ ਦੇ ਨਾਲ ਰਲੇ ਹੋਏ ਨੇ, ਤੁਸੀਂ ਵੀ ਮੰਨਦੇ ਹੋ ਇਸ ਗੱਲ ਨੂੰ? ਬਿਲਕੁਲ ਸਰ, ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਹਟੇ ਹਾਂ ਵੀ ਉਹਨਾਂ ਨੇ ਜਿਵੇਂ ਹਿੱਸਾ ਹਫ਼ਤਾ ਹੁੰਦਾ ਜਿਵੇਂ ਹਫ਼ਤਾ ਜਾਂਦਾ ਉਹਨਾਂ ਨੂੰ। ਅੱਛਾ, ਮੰਤਰੀ ਵਿਧਾਇਕਾਂ ਦਾ ਹਫ਼ਤਾ? ਹਾਂਜੀ ਬਿਲਕੁਲ ਸਰ, ਇਹ ਕਿਉਂਕਿ ਬਿਨਾਂ ਉੱਤਰੇ ਲੈਵਲ ਤੱਕ ਮਿਲੇ ਹੋਏ ਕੋਈ ਮੈਨੂੰ ਲੱਗਦਾ ਵੀ ਨਸ਼ਾ ਪੰਜਾਬ ਦਾ ਬਾਰਡਰ ਕ੍ਰੋਸ ਕਰਕੇ ਆ ਸਕਦਾ ਜਾਂ ਜਾ ਸਕਦਾ, ਜੇ ਮਿਲੇ ਹੋਣਗੇ ਤਾਂ ਹੀ ਜਾਊਗਾ। ਇਹ ਜਦੋਂ ਫੜਦੇ ਵੀ ਆ ਪੁਲਿਸ ਜਿਵੇਂ ਫੜ ਲਿਆ ਨਸ਼ਾ, ਇਹਨਾਂ ਨੇ ਜਿਵੇਂ 10% ਜਿਹੜੇ ਛੋਟੇ ਹੁੰਦੇ ਉਹ ਫੜ ਲੈਂਦੇ ਆ, ਵੱਡੇ ਜਿਵੇਂ ਟਰੱਕ ਉਹ ਫੜਦੇ ਨਹੀਂ ਕਿਉਂਕਿ MLA ਦੇ ਫੋਨ ਹੁੰਦੇ ਆ ਪਹਿਲਾਂ ਹੀ ਕਿਰਾਏ ਵੇ ਵੀ ਆਹ ਟਰੱਕ ਰੋਕਣਾ ਨਹੀਂ, ਇਹਨੂੰ ਚੈਕਿੰਗ ਨਹੀਂ ਕਰਨੀ, ਆਹ ਚੀਜ਼ ਸਭ ਕੁਛ। ਅੱਛਾ, ਅਕਾਲੀ ਜਦੋਂ ਵਿਧਾਨ ਸਭਾ ਚੋਣਾਂ ਹੈਗੀਆਂ ਸਨ 2017 ਦੇ ਵਿੱਚ, ਉਦੋਂ ਅਕਾਲੀ ਦਲ ਨੂੰ ਘੇਰਨ ਦੇ ਲਈ ਕਾਂਗਰਸ ਨੇ ਸਵਾਲ ਖੜੇ ਕੀਤੇ ਨਸ਼ੇ ਨੂੰ ਲੈ ਕੇ। ਹੁਣ 2.5 ਸਾਲ ਬੀਤਣ ਨੂੰ ਆ ਗਏ ਨੇ, ਨਸ਼ੇ ਨੂੰ ਲੈ ਕੇ ਹੁਣ ਅਕਾਲੀ ਦਲ ਕਾਂਗਰਸ ਦੇ ਲਈ ਸਵਾਲ ਖੜੇ ਕਰ ਰਿਹਾ, ਸਿਰਫ ਸਵਾਲ ਹੋ ਰਹੇ ਨੇ, ਜਵਾਬ ਪੰਜਾਬ ਦੀ ਜਨਤਾ ਨੂੰ ਜੋ ਮਿਲਣਾ ਚਾਹੀਦਾ ਇਹ ਕਿ ਨਸ਼ਾ ਬੰਦ ਕਰ ਦਿੱਤਾ, ਨਸ਼ਾ ਬੰਦ ਹੋ ਨਹੀਂ ਰਿਹਾ, ਨਸ਼ੇ ਨੂੰ ਬੰਦ ਕਰਨ ਦੇ ਪਿੱਛੇ ਕੀ ਕਮਜ਼ੋਰੀਆਂ ਨੇ, ਕਿਸ ਤਰ੍ਹਾਂ ਦੀ ਸਰਕਾਰ ਨੂੰ ਨੀਤੀ ਬਣਾਉਣ ਦੀ ਲੋੜ ਹੈ? ਸਰ ਅਸਲ 'ਚ ਦੋਵੇਂ ਸਰਕਾਰਾਂ ਜਿਵੇਂ ਉਹ ਨਹੀਂ ਹੁੰਦੇ ਵੀ ਦੋ ਲੋਕਾਂ ਨੂੰ ਦਿਖਾਉਣ ਲਈ ਲੜ ਰਹੇ ਆ, ਆਪਾਂ ਪਿੱਛੇ ਬੈਕਐਂਡ 'ਤੇ ਦੋਵੇਂ ਇਕੱਠੇ ਬੈਠ ਕੇ ਸਭ ਖਾ ਰਹੇ ਆ, ਉਹ ਚੀਜ਼ ਹੁੰਦੀ ਹੈ ਵੀ ਬਿੱਲੀਆਂ ਲੜ ਰਹੀਆਂ ਬਾਂਦਰ ਰੋਟੀ ਲੈ ਕੇ ਭੱਜ ਗਿਆ, ਉਹ ਚੀਜ਼ ਆਪਾਂ ਹੈਗੇ ਕਿਤੇ ਨਾ ਕਿਤੇ ਦੋਵਾਂ ਦੀ ਮਿਲੀ ਭੁਗਤ ਦੇ ਕਹਿ ਰਹੇ ਸੀ। ਬਿਲਕੁਲ, ਦੋਵਾਂ ਦੀ ਮਿਲੀ ਭੁਗਤਾ, ਨਸ਼ਾ ਬੰਦ ਕਰਨ 'ਤੇ ਜੇ ਅਸਲ 'ਚ ਬੰਦ ਕਰਨਾ ਚਾਹੁੰਦੇ ਨਸ਼ਾ ਬੰਦ ਕਿਉਂ ਨਹੀਂ ਹੋ ਸਕਦਾ ਜੇ ਇਹਨਾਂ ਨੂੰ ਕੋਈ ਆਪਦੇ ਕਾਨੂੰਨ ਲਾਗੂ ਕਰ ਲੈਂਦੇ, ਇਹ ਵੀ ਇਹਦਾ ਵੀ ਕਾਨੂੰਨ ਬਣਾ ਕੇ ਕੋਈ ਲਾਗੂ ਕਰ ਸਕਦੇ, ਲਾਅ ਬਣ ਸਕਦਾ, ਵਿਧਾਨ ਸਭਾ 'ਚ ਕੋਈ ਲਾਅ ਪਾਸ ਕਰ ਦੇਣ, ਬਿੱਲ ਪਾਸ ਕਰ ਦੇਣ, ਸਭ ਕੁਛ ਹੋ ਸਕਦਾ ਸਰ, ਕਿਉਂ ਨਹੀਂ ਹੋ ਸਕਦਾ, ਸਭ ਕੁਛ ਹੋ ਸਕਦਾ। ਸੋ ਇਹ ਸਨ ਨੌਜਵਾਨ ਜਿਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਨਸ਼ੇ ਨੂੰ ਲੈ ਕੇ ਸਰਕਾਰ ਦਾ ਫੇਲੀਅਰ ਹੈ, ਨਾਲ ਦੀ ਨਾਲ ਉਹਨਾਂ ਨੇ ਦੋਵਾਂ ਸਰਕਾਰਾਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਦੀ ਮਿਲੀ ਭੁਗਤ ਦੇ ਵੀ ਦੋਸ਼ ਲਗਾਏ ਨੇ, ਅਤੇ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਦਾ ਉਹ 4 ਹਫ਼ਤਿਆਂ ਵਾਲਾ ਵਾਅਦਾ ਵੀ ਉਹਨਾਂ ਨੂੰ ਯਾਦ ਕਰਵਾਇਆ, ਪਰ ਇਹਨਾਂ ਸਵਾਲਾਂ ਦੇ ਇਹਨਾਂ ਜਵਾਬਾਂ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਰਕਾਰ ਦੇ ਲਈ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਕਿਉਂ ਪੰਜਾਬ ਦੀ ਸਰਕਾਰ ਦੇ ਵੱਲੋਂ ਨਸ਼ਾ ਰੋਕਣ ਦੇ ਲਈ ਕਦਮ ਨਹੀਂ ਚੁੱਕੇ ਜਾ ਰਹੇ, ਕਿਉਂ ਪੰਜਾਬ ਦੇ ਵਿੱਚ ਨਸ਼ਾ ਉਸੇ ਤਰ੍ਹਾਂ ਹੀ ਬੇਰੋਕ ਵਿਕ ਰਿਹਾ। ਸੋ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਉਹ ਨਸ਼ੇ ਪ੍ਰਤੀ ਕੀ ਕਹਿੰਦੇ ਨੇ। ਸੋ ਇੱਥੇ ਰੋਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਪੰਜਾਬ ਬੋਲਦਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹੁਣ ਚੰਡੀਗੜ੍ਹ ਦੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਪੁੱਜੇ ਹਾਂ ਜਿੱਥੇ ਨਸ਼ਾ ਛਡਾਊ ਕੇਂਦਰ ਖੁੱਲ੍ਹਿਆ ਹੋਇਆ ਅਤੇ ਲੋਕਾਂ ਦਾ ਨਸ਼ੇੜੀਆਂ ਦਾ ਨਸ਼ਾ ਇੱਥੇ ਛਡਾਇਆ ਜਾਂਦਾ, ਪਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਵੱਲੋਂ ਸਵਾਲ ਉਠਾਏ ਜਾਂਦੇ ਨੇ ਕਿ ਇਹਨਾਂ ਸੈਂਟਰਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਗਲਤ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਨਸ਼ਾ ਛਡਾਇਆ ਜਾਂਦਾ। ਕੁਝ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਹਨਾਂ ਸੈਂਟਰਾਂ ਦੇ ਵਿੱਚੋਂ ਛੁਡਾਇਆ ਹੋਇਆ ਨਸ਼ਾ ਜਿਹੜਾ ਨਸ਼ੇੜੀ ਹੁੰਦਾ ਹੈ ਉਹ ਵਾਪਸ ਤੋਂ ਨਸ਼ੇ ਦੀ ਗ੍ਰਿਫਤ ਦੇ ਵਿੱਚ ਚਲਾ ਜਾਂਦਾ, ਪਰ ਆਖਿਰ ਅਸਲ ਮਾਇਨੇ ਦੇ ਵਿੱਚ ਕਿਸ ਤਰ੍ਹਾਂ ਦੀ ਤਰਤੀਬ ਦੇ ਨਾਲ ਕਿਸ ਤਰ੍ਹਾਂ ਨਸ਼ਾ ਛੁਡਾਇਆ ਜਾਂਦਾ ਹੈ? ਕੁਝ ਕੌਂਸਲਰ ਇਸ ਸੈਂਟਰ ਦੇ ਸਾਡੇ ਨਾਲ ਮੌਜੂਦ ਨੇ, ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹ ਨਸ਼ੇ ਦੇ ਉੱਤੇ ਕੰਮ ਕਰ ਰਹੇ ਨੇ ਅਤੇ ਨਸ਼ੇੜੀ ਜਿਹੜੇ ਪੀੜਤ ਨੇ, ਨਸ਼ੇ ਦੇ ਪੀੜਤ ਨੌਜਵਾਨ ਨੇ, ਵਿਅਕਤੀ ਨੇ, ਉਸਦਾ ਕਿਸ ਤਰ੍ਹਾਂ ਨਸ਼ਾ ਛੁਡਾਇਆ ਜਾਂਦਾ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸਨੇਹਾ ਨਾਮ ਹੈ ਮੇਰਾ। ਅੱਛਾ ਸਨੇਹਾ ਜੀ, ਜਿਵੇਂ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ, ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹਰ ਵਰਗ ਨਸ਼ੇ ਨੂੰ ਪੀੜਤ ਹੁੰਦਾ ਜਾ ਰਿਹਾ ਹੈ, ਨਸ਼ਾ ਛਡਾਉਣ ਦੇ ਲਈ ਫਿਰ ਡੀ ਐਡਿਕਸ਼ਨ ਸੈਂਟਰ ਖੁੱਲ੍ਹਦੇ ਨੇ, ਇਹਨਾਂ ਸੈਂਟਰਾਂ ਦੇ ਵਿੱਚ ਕਿਸ ਤਰ੍ਹਾਂ ਨਸ਼ਾ ਛਡਾਉਂਦੇ ਹੋ ਤੁਸੀਂ? ਸਰ ਜਿਹੜਾ ਸਾਡਾ ਸੈਂਟਰ ਹੈ ਇਹਦੇ ਵਿੱਚ ਜਿਹੜਾ ਟ੍ਰੀਟਮੈਂਟ ਦਾ ਪ੍ਰੋਸੈਸ ਹੈ ਉਹ 3 ਮਹੀਨਿਆਂ ਦਾ ਹੈ। ਅਸੀਂ 3 ਮਹੀਨੇ ਵਾਸਤੇ ਪੇਸ਼ੈਂਟ ਨੂੰ ਰੱਖਦੇ ਹਾਂ, ਉਹਦੇ ਵਿੱਚ ਸਰ ਮੰਥ ਵਾਈਜ਼ ਅਸੀਂ ਇਹਨਾਂ ਦੀ ਐਕਟੀਵਿਟੀਜ਼ 'ਤੇ ਧਿਆਨ ਦਿੰਦੇ ਹਾਂ। ਕਾਊਂਸਲਿੰਗ ਸੈਸ਼ਨ ਸਰ ਇਹਨਾਂ ਦੇ ਕੰਟੀਨਿਊ ਰਹਿੰਦੇ ਆ, ਪਹਿਲਾ ਪਾਰਟ ਮੈਡੀਕੇਸ਼ਨ ਦਾ ਜਿਹੜਾ ਫਸਟ ਮੰਥ 'ਚ ਅਸੀਂ ਕਰਦੇ ਹਾਂ, ਬਾਕੀ ਫੈਮਲੀ ਸੈਸ਼ਨਸ ਕੰਡਕਟ ਹੁੰਦੇ ਆ ਸਰ ਉਹਨਾਂ ਵਿੱਚ, ਅਤੇ ਉਹਦੇ ਵਿੱਚ ਯੋਗਾ, ਆਰਟ ਆਫ ਲਿਵਿੰਗ ਸਭ ਕੁਛ ਹੈ ਸਰ। ਅਤੇ ਇਸ ਤਰੀਕੇ ਨਾਲ ਅਸੀਂ 3 ਮਹੀਨੇ ਤੱਕ ਸਰ ਸੈਕਿੰਡ ਹਾਫ ਮੰਥ ਤੱਕ ਇਹਨਾਂ ਦੀ ਟ੍ਰੀਟਮੈਂਟ ਜਿਵੇਂ ਬੰਦ ਹੋ ਕੇ ਮੈਡੀਸਿਨ ਵਗੈਰਾ
ਵਿਦਆਊਟ ਐਨੀ ਟ੍ਰੀਟਮੈਂਟ ਰਹਿਣਾ ਬੇਸ ਮਤਲਬ ਮੇਨ ਪਾਰਟ ਹੁੰਦਾ ਹੈ ਟ੍ਰੀਟਮੈਂਟ ਦਾ। ਅਤੇ ਉਹ ਤੋਂ ਬਾਅਦ ਸਰ ਇੱਕ 3 ਮਹੀਨੇ ਬਾਅਦ ਅਸੀਂ ਇਹਨਾਂ ਦੀ ਗੋਲੀ ਸਟਾਰਟ ਕਰਦੇ ਹਾਂ। ਬੇਸਿਕਲੀ ਚਿੱਟੇ ਵਾਲੇ ਜਿਹੜੇ ਪੇਸ਼ੈਂਟ ਹੈ ਸਾਡੇ ਕੋਲ ਹੈਰੋਇਨ ਜੀ ਨੂੰ ਕਹਿੰਦੇ ਹਾਂ, ਅਤੇ ਉਹਦਾ ਦੇ ਵਾਸਤੇ ਸ਼ੁਰੂ ਹੁੰਦੀ ਹੈ ਅਤੇ ਉਹ 6 ਮਹੀਨੇ ਖਾਣੀ ਹੁੰਦੀ ਹੈ ਪੇਸ਼ੈਂਟ ਨੂੰ। ਅਤੇ ਬਾਹਰ ਜਾ ਕੇ ਸਰ ਇਹੀ ਹੈ ਵੀ ਸਾਡੇ ਨਾਲ ਰੈਗੂਲਰ ਫੋਲੋਅਪਸ 'ਚ ਰਹਿਣ, ਮੈਡੀਸਿਨ ਖਾਣ ਆਪਣੀ, ਅਤੇ ਬਿਜ਼ੀ ਰਹਿਣ ਆਪਣੇ ਵਧੀਆ ਰੂਟੀਨ 'ਚ, ਇਹੀ ਹੈ ਸਰ। ਅੱਛਾ, ਤੁਸੀਂ 3 ਮਹੀਨੇ ਦੀ ਗੱਲ ਕੀਤੀ ਹੈਗੀ ਹੈ, 3 ਮਹੀਨਿਆਂ ਤੋਂ ਬਾਅਦ ਕੀ ਗਰੰਟੀ ਹੈ ਕਿ ਉਹ ਨਸ਼ਾ ਵਾਪਸ ਨਹੀਂ ਕਰੇਗਾ, ਜਾਂ ਫਿਰ ਨਸ਼ੇ ਤੋਂ ਬਚਣ ਦੇ ਲਈ ਜਿਹੜਾ ਪੀੜਤ ਹੁੰਦਾ ਹੈ ਉਸਨੂੰ ਕਿਸ ਤਰ੍ਹਾਂ ਦੀਆਂ ਜਿਹੜੇ ਹਾਲਾਤ ਦੇ ਵਿੱਚ ਰਹਿਣਾ ਚਾਹੀਦਾ, ਕਿਸ ਤਰ੍ਹਾਂ ਦੀਆਂ ਪ੍ਰੋਟੈਕਸ਼ਨ ਰੱਖਣੀ ਚਾਹੀਦੀ ਹੈ? ਸਰ ਇੱਦਾਂ, ਦੇਖੋ ਨਸ਼ੇ ਨੂੰ ਜਿਹੜੀ ਗਰੰਟੀ ਦੀ ਆਪਾਂ ਗੱਲ ਕੀਤੀ ਹੈ, ਗਰੰਟੀ ਤਾਂ ਸਰ ਕੋਈ ਵੀ ਨਹੀਂ ਹੈ, ਪਰ ਇਹ ਆ ਵੀ ਹਰ ਇੰਸਟੀਟਿਊਟ ਆਪਣੀ ਤਰਫ ਤੋਂ ਬੈਟਰ ਕਰਦਾ ਹੈ ਇਹਨਾਂ ਦੀ ਬੈਟਰਮੈਂਟ ਵਾਸਤੇ। ਅਤੇ ਗਰੰਟੀ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸਰ ਅਵੇਲੇਬਿਲਿਟੀ ਫੈਕਟਰ ਬਹੁਤ ਵੱਡਾ ਹੈ। ਜਿਵੇਂ ਆਪਾਂ ਸ਼ਰਾਬੀਆਂ ਨੂੰ ਜੇ ਕਹੀਏ, ਸ਼ਰਾਬੀ ਵਾਲਾ ਟ੍ਰੀਟਮੈਂਟ ਹੈ ਉਹਦੇ ਵਿੱਚ ਠੇਕੇ ਖੁੱਲ੍ਹੇ ਆ, ਅਤੇ ਚਿੱਟੇ ਵਾਲਿਆਂ ਦੇ ਚਿੱਟੇ ਵਾਲਿਆ ਹਜੇ ਵੀ ਵੇਚ ਰਿਹਾ। ਅਤੇ ਇਹ ਚੀਜ਼ ਹੈ ਸਰ, ਸੁਸਾਇਟੀ ਉਹੋ ਜਿਹੀ ਹੈ, ਜਦੋਂ ਇਹ ਜਾਣਗੇ ਇੱਥੋਂ ਤਾਂ ਸੁਸਾਇਟੀ ਤਾਂ ਉਹੀ ਹੈ। ਅਤੇ ਗਰੰਟੀ ਵਾਲੀ ਤਾਂ ਕੋਈ ਗੱਲ ਨਹੀਂ ਹੈ, ਬਾਕੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਇਹਨਾਂ ਨੂੰ ਪਰਫੈਕਟ ਕਰਕੇ, ਇਹਨਾਂ ਦਾ ਮਾਇੰਡ ਕਲੀਨ ਕਰਕੇ, ਸੈੱਟ ਕਰਕੇ ਭੇਜਦੇ ਹਾਂ ਵੀ ਕਿੱਦਾਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਹੈ, ਕਿਵੇਂ ਆਪਣੀ ਸੁਸਾਇਟੀ ਜਿਹੜੀ ਆ ਬੈਟਰ ਰੱਖਣੀ ਹੈ, ਸੂਫੀ ਬੰਦਿਆਂ ਨਾਲ ਬਹਿਣਾ ਉੱਠਣਾ, ਅਤੇ ਆਪਣਾ ਜਿਹੜਾ ਇੱਕ ਸਪਿਰਿਚੁਐਲਿਟੀ 'ਚ ਵੀ ਜਾਣਾ, ਰੱਬ ਨੂੰ ਵੀ ਥੋੜ੍ਹਾ ਸਮਾਂ ਦੇਣਾ, ਬਾਕੀ ਬਿਜ਼ੀ ਰਹਿਣਾ, ਵਧੀਆ ਬੰਦੇ ਨਾਲ ਰਹਿਣਾ, ਅਤੇ ਫੈਮਿਲੀ 'ਚ ਇੱਕ ਵਧੀਆ ਜਿਹੜਾ ਇਨਵਾਇਰਮੈਂਟ ਹੈ ਉਹ ਕ੍ਰੀਏਟ। ਅੱਛਾ, ਇਸ ਦੇ ਨਾਲ ਹੀ ਸਵਾਲ ਇਹ ਹੈ ਕਿ ਨਸ਼ਾ ਪੀੜਿਤ ਹਰ ਇੱਕ ਵਰਗ ਹੋ ਰਿਹਾ ਹੈ, ਉਹਦੇ ਵਿੱਚ ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਅਤੇ ਕੁੜੀਆਂ ਵੀ ਨੇ। ਕੁੜੀਆਂ ਦੇ ਲਈ ਇੱਥੇ ਸੈਂਟਰ ਦੇ ਵਿੱਚ ਜਗ੍ਹਾ ਹੈਗੀ ਹੈ, ਜਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ? ਨੋ ਸਰ, ਸਾਡੇ ਕੋਲ ਤਾਂ ਕੋਈ ਇਹੋ ਜਿਹੀ ਸਰ ਕੁੜੀਆਂ ਵਾਸਤੇ ਤਾਂ ਕੋਈ ਉਹ ਨਹੀਂ, ਸਾਡੇ ਕੋਲ ਜੇ ਕਹੀਏ ਸਰ ਸਾਡੇ ਕੋਲ ਕੇਸ ਵੀ ਨਹੀਂ ਆਇਆ ਕੁੜੀਆਂ ਵਾਸਤੇ। ਅਤੇ ਬਾਕੀ ਪੰਜਾਬ 'ਚ ਹੈਗੇ ਆ ਕਈ ਸੈਂਟਰ, ਜਿਹੜੇ ਦਿੱਲੀ 'ਚ ਵੀ ਹੈਗੇ ਆ, ਜਿਹੜੇ ਕੁੜੀਆਂ ਵਾਸਤੇ ਇੱਦਾਂ ਦੀ ਮਤਲਬ ਅਪਰੋਚ ਕਰ ਰਹੇ ਆ ਸੈਂਟਰਸ 'ਚ, ਸਾਡੇ ਕੋਲ ਸਰ ਇੱਦਾਂ ਦਾ ਕੋਈ ਪ੍ਰੋਬੇਸ਼ਨ ਨਹੀਂ ਕੁੜੀਆਂ ਦਾ। ਅੱਛਾ, ਹੁਣ ਤੱਕ ਕਿੰਨੇ ਕੁ, ਜਾਂ ਫਿਰ ਇਸ ਵਕਤ ਕਿੰਨੇ ਕੁ ਨਸ਼ਾ ਪੀੜਤ ਹੈਗੇ ਨੇ ਇਸ ਸੈਂਟਰ ਦੇ ਵਿੱਚ? ਸਰ ਇੱਥੇ ਸਾਡੇ ਕੋਲ ਇਸ ਟਾਈਮ ਜਿਹੜਾ ਐਵਰੇਜ ਹੈ ਉਹ ਹੈਗਾ ਆ 20 ਤੋਂ 24 ਪੇਸ਼ੈਂਟਸ ਦਾ, ਉਹ ਹੈਗੇ ਆ ਸਰ। ਬਾਕੀ ਐਵਰੇਜ ਜਿਹੜਾ ਆ ਉਹ ਰਹਿੰਦਾ ਹੀ ਰਹਿੰਦਾ ਸਰ, ਤੁਹਾਨੂੰ ਪਤਾ ਪੰਜਾਬ 'ਚ ਚਿੱਟੇ ਵਾਲੇ ਪੇਸ਼ੈਂਟਸ ਦਾ ਜ਼ਿਆਦਾ ਹੀ ਹੈ, ਐਵਰੇਜ ਉਹਨਾਂ ਦਾ ਹੀ ਸਰ ਹਾਈ ਰਹਿੰਦਾ ਹਮੇਸ਼ਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਅਜੇ ਪਾਂਡੇ। ਅੱਛਾ ਅਜੇ ਪਾਂਡੇ ਜੀ, ਜਿਵੇਂ ਇਹਨਾਂ ਨੇ ਦੱਸਿਆ ਕਿ 90 ਦਿਨ ਦਾ ਪ੍ਰੋਸੀਜਰ ਰਹਿੰਦਾ ਹੈਗਾ, ਅਤੇ ਉਸ ਪ੍ਰੋਸੀਜਰ ਦੇ ਦੌਰਾਨ ਜਾਂ ਉਸ ਟਾਈਮ ਪੀਰੀਅਡ ਦੇ ਦੌਰਾਨ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ, ਨਸ਼ਾ ਜਿਹੜਾ ਪੀੜਿਤ ਹੁੰਦਾ ਹੈ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਉਸ ਨੂੰ ਲੰਘਣਾ ਪੈਂਦਾ ਹੈ, ਅਤੇ ਆਖਿਰ ਉਹ ਕਿੰਨੇ ਦਿਨਾਂ ਬਾਅਦ ਜਿਹੜਾ ਇਹ 100% ਨਸ਼ਾ ਛੱਡ ਜਾਂਦਾ ਹੈ? ਦੇਖੀਏ, ਇੱਥੇ ਜੋ ਹੈ ਨਾ, ਕਮ ਸੇ ਕਮ 7 ਦਿਨ ਤੱਕ ਤਾਂ ਵਿਦਡਰਾਵਲ ਹੁੰਦੇ ਹੈ, ਲੇਕਿਨ 24 ਘੰਟੇ ਮਤਲਬ 24 ਘੰਟੇ ਮੈਂ ਹਮਾਰੀ ਦਵਾ ਯਹਾਂ ਪੇ ਸੈਟਅਪ ਹੋ ਜਾਤੀ ਹੈ ਉਸਕੋ, ਜਹਾਂ ਮਤਲਬ ਨਸ਼ਾ ਜਬ ਛੋੜਤਾ ਹੈ ਬੰਦਾ ਤੋ 24 ਘੰਟੇ ਤੋ ਉਸੇ ਨਸ਼ੇ ਕਾ ਹੀ ਮਤਲਬ ਉਹ ਹੋਤਾ ਹੈ ਅਨੁਭਵ, ਔਰ ਦਵਾ ਸੈਟਅਪ ਹੋਣੇ ਪੇ ਉਸਕੋ 24 ਘੰਟੇ ਸੇ ਮਤਲਬ ਔਰ 2 ਦਿਨ ਵੀ ਲੱਗ ਸਕਤੇ ਹੈ, ਉਸਕੇ ਬਾਅਦ ਉਸਕੀ ਤਕਲੀਫ ਖਤਮ ਹੋ ਜਾਤੀ। ਬਾਕੀ ਮੈਡੀਕੇਸ਼ਨ ਹਮਾਰਾ ਚਲਤਾ ਰਹਿਤਾ ਹੈ 1.5 ਮਹੀਨੇ ਤੱਕ 1.5 ਮਹੀਨੇ ਤੱਕ, ਜਿਸਕੀ ਜੈਸੀ ਡੋਜ਼ ਹੋਤੀ ਹੈ। ਸਵਾਲ ਬਹੁਤ ਨੇ ਪਰ ਉਹ ਸਵਾਲ ਜ਼ਰੂਰੀ ਹੈ, ਕਿਉਂਕਿ ਜਿਹੜੇ ਨਸ਼ਾ ਪੀੜਿਤ ਹੁੰਦੇ ਨੇ, ਨਸ਼ਾ ਪੀੜਿਤ ਜਿਹੜੇ ਉਹਨਾਂ ਦੇ ਪਰਿਵਾਰ ਹੁੰਦੇ ਨੇ ਜਾਂ ਪੰਜਾਬ ਦੇ ਹੋਰ ਲੋਕਾਂ ਨੇ, ਇਹ ਵੀ ਇਲਜ਼ਾਮ ਲਗਾਏ ਨੇ ਕਿ ਜਿਹੜੇ ਨਸ਼ਾ ਛੁਡਾਊ ਸੈਂਟਰ ਹੁੰਦੇ ਨੇ ਉੱਥੇ ਕੁੱਟਮਾਰ ਕੀਤੀ ਜਾਂਦੀ ਹੈ, ਕੁੱਟ ਕੁੱਟ ਕੇ ਨਸ਼ਾ ਛੁਡਾਇਆ ਜਾਂਦਾ ਹੈ, ਇੱਦਾਂ ਛੁਡਾਉਣ ਤੁਸੀਂ? ਦੇਖੀਏ, ਮੈਂ ਵੀ ਮਤਲਬ ਪਹਿਲੇ ਸੈਂਟਰੋਂ ਤਾਂ ਐਸੇ ਨਹੀਂ ਜਾਤਾ ਤਾ, ਐਡਮਿਸ਼ਨ ਨਹੀਂ ਲੇਤਾ ਤਾ, ਲੇਕਿਨ ਮੈਂ ਕਭੀ TC ਸੈਂਟਰ ਨਹੀਂ ਗਿਆ। ਜੇ ਪ੍ਰਾਈਵੇਟ ਸੈਂਟਰ ਜਿਤਨੇ ਵੀ ਹੁੰਦੇ ਹੈ ਵਹਾਂ ਤੋਂ ਇਹ ਕਰਤੇ ਹੈ, ਬਾਡੀ ਬਿਲਡਰ ਰੱਖਦੇ ਹੈ, ਉਹ ਕੁੱਟਮਾਰ ਕਰਦੇ ਹੈ, ਉਹਨੇ ਪਨਿਸ਼ਮੈਂਟ ਵਾਲੀ TC ਕਾ ਮਤਲਬ ਹੁੰਦਾ ਥੈਰੇਪੇਟਿਕ ਕਮਿਊਨਿਟੀ, ਮਤਲਬ ਥੈਰੇਪੀ ਦੁਆਰਾ ਉਹਨੂੰ ਟ੍ਰੀਟ ਕੀਆ ਜਾਤਾ ਹੈ, ਵਹਾਂ ਲੌਂਗ ਟਾਈਮ ਰੱਖਦੇ ਹੈ 6 ਮਹੀਨੇ, ਤੋ ਵਹਾਂ ਤੋਂ ਹਾਂ ਕੁੱਟਮਾਰ ਕਰਦੇ ਹੈ, ਖਾਣਾ ਪੀਣਾ ਨਹੀਂ ਕਹਤੇ, ਕਹੀਂ ਸਹੀ ਦੇਤੇ ਹੈ, ਕੁਛ ਸੈਂਟਰ ਸਹੀ ਹੈ ਕੁਛ ਗਲਤ ਹੈ, ਬਟ ਹਮਾਰੇ ਯਹਾਂ ਪੇ ਐਸਾ ਕੁਛ ਵੀ ਨਹੀਂ ਹੈ, ਹਮਾਰੇ ਯਹਾਂ ਸਾਰੇ ਤਰਫ ਕੈਮਰੇ ਲਗੇ ਹੋਏ ਹੈ, ਹਮ ਯਹਾਂ ਮਤਲਬ ਲਵ ਕੇਅਰ ਕੰਸਰਨ ਹਮਾਰਾ ਯੇ ਪ੍ਰੋਗਰਾਮ ਹੈ ਯਹਾਂ ਪੇ, ਔਰ 12-step ਪ੍ਰੋਗਰਾਮ ਐਨੇ ਕਾ ਹੋਤਾ ਹੈ, ਨਾਰਕੋਟਿਕ ਐਨਾਨਿਮਸ, ਤੋ ਉਹ 12-step ਪ੍ਰੋਗਰਾਮ ਯਹਾਂ ਪੇ ਫਾਲੋ ਕਰਵਾਤੇ ਹੈ, ਔਰ ਯਹਾਂ ਹਮਾਰੇ ਯਹਾਂ ਪੇ ਮਤਲਬ ਟਾਈਮ ਟੇਬਲ ਸੇ ਸਾਰੀ ਚੀਜ਼ੇ ਹੈ, ਔਰ ਬਿਲਕੁਲ ਸਵੱਛ ਵਾਤਾਵਰਣ ਮੇਂ, ਪਿਆਰ ਵਾਲੇ ਮਾਹੌਲ ਮੇਂ ਹਮ ਯਹਾਂ ਪੇ। ਅੱਛਾ, ਕਦੇ ਇੱਦਾਂ ਤਾਂ ਨਹੀਂ ਹੋਇਆ ਵੀ ਜਦੋਂ ਜਿਹੜਾ ਨਸ਼ਾ ਪੀੜਿਤ ਹੁੰਦਾ ਉਹਨੂੰ ਨਸ਼ੇ ਦੀ ਤੋੜ ਲੱਗਦੀ ਹੈ ਤਾਂ ਫਿਰ ਉਹ, ਤੁਸੀਂ ਜਿਵੇਂ ਦੱਸਿਆ 90 ਦਿਨ ਦਾ ਹੈਗਾ ਹੈ, 90 ਦਿਨ ਇੱਕੋ ਕਮਰੇ ਦੇ ਵਿੱਚ ਰਹਿਣਾ ਜਾਂ ਇੱਕ ਅਪਾਰਟਮੈਂਟ ਦੇ ਵਿੱਚ ਰਹਿਣਾ, ਕਿਤੇ ਨਾ ਕਿਤੇ ਘੁੱਟਣ ਮਹਿਸੂਸ ਹੋਣ ਲੱਗ ਜਾਂਦੀ ਹੈ, ਕੁੱਟਮਾਰ ਦੀ ਕੋਸ਼ਿਸ਼ ਜਾਂ ਆਪਸ ਦੇ ਵਿੱਚ ਹੱਥੋਂ ਪਾਈ ਹੋਈ ਕਦੀ? ਹਾਂ, ਆਪਸ ਮੇਂ ਕਭੀ ਕਭਾਰ ਹੋ ਜਾਤੀ ਹੈ, ਐਸਾ ਹੋਤਾ ਹੈ ਕਿ ਜਬ ਸਾਰੇ ਪੇਸ਼ੈਂਟ ਇੱਕ ਜਗ੍ਹਾ ਰਹਿਤੇ ਨਾ, ਤੋ ਆਪਸ ਮੇਂ ਉਨਕੀ ਕਭੀ ਕਭੀ ਆਪਸ ਮੇਂ ਬਹਿਸਬਾਜ਼ੀ ਹੋ ਜਾਤੀ ਹੈ, ਜੈਸੇ ਈਗੋ ਪ੍ਰੋਬਲਮ ਆ ਜਾਤੀ ਕਿਸੀ ਨੂੰ ਹੈ ਨਾ, ਤੋ ਉਸ ਪੇ ਕਭੀ ਕਭਾਰ ਹੋਤੀ ਹੈ, ਬਾਕੀ 24 ਘੰਟੇ ਹਮ ਲੋਕ ਰਹਿਤੇ ਹੈ, ਹਮਾਰਾ ਮਤਲਬ ਪਿਆਰ ਕਾ ਹੀ ਮਾਹੌਲ ਬਣਾ ਹੁਆ ਹੈ, ਆਪ ਅਭੀ ਵੀ ਕਭੀ ਵੀ ਦੇਖ ਲਓ ਹਮਾਰੇ ਪੇਸ਼ੈਂਟੋਂ ਸੇ ਮਿਲ ਕੇ,
और हमारे यहाँ पे सारी चीज़ें बेटर हैं। मतलब ऐसा सेंटर मैं मेरे ख्याल से तो मैं भी मैंने ट्रीटमेंट लिया है काफ़ी जगह पे, बट मेरे को आज तक ऐसा सेंटर अभी दिखाई नहीं दिया ऑल ओवर इंडिया पे। जी बहुत बहुत धन्यवाद साढ़े ना गलबात करने के लिए। सो ये सन नशा छुड़ाऊ केंद्र दे विच काउंसलर दे तौर ते काम करते, पर जिथे इन्होंने सारिया समस्यावां दे जवाब दिते ने उत्थे नाल दी नाल ये भी कहा है कि जिवें खबरां ये आउंदियां ने कि कुटमार करके नशे छुड़ाए जाते हैं, पर इन्हां दा कहना है कि कितना कितने प्यार दे नाल ही नशे छुड़ा दिते जाते हैं, ते नाल दी नाल लगातार पंजाब दे विच नशे नूं लै के पंजाब दी आवाम भी सवाल चुकदी है। ते हुण चलदे आ पंजाब दे लोकां दे कोल जे जाणदे आ कि नशे नूं लै के उह की सोचदे ने। ब्रेक तो बाद दर्शकों का बहुत बहुत स्वागत है पंजाब बोलता दे विच, ते कुछ होर नौजवान मौजूद ने, जानते हैं कि नशे नूं लैके जिस तरह के वादे सरकारां दे वल्लों कीते जांदे ने उह वादे पूरे हुंदे ने जां फिर असल मायने दे विच इह वादे भी लारे निकलदे ने। हालांकि नौजवानों का कुछ दा इह भी कहना है कि कितना कितें नशियां नूं लैके सियासत हो रही है, रोकण दे लई कोई सरकार जां कोई सियासी पार्टी अगे नहीं आ रही, मामा दे पुत उसे तरह ही जा रहे ने। सति श्री अकाल जी। सति श्री अकाल जी। की नाम है जी? मेरा गुरप्रीत सिंह है नाम। अच्छा गुरप्रीत, जिवें नशे नूं लैके सरकार दे पंजाब सरकार दे वल्लों वादा ਕੀਤਾ ਗਿਆ ਸੀ ਕਿ ਨਸ਼ਾ ਰੋਕਿਆ ਜਾਵੇਗਾ, ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਰੋਕਿਆ ਜਾਵੇਗਾ, ਕਿਸੇ ਵੀ ਮਾਂ ਦਾ ਪੁੱਤ ਜਿਹੜਾ ਹੈ ਉਹ ਅਜਾਈ ਮੌਤ ਨਹੀਂ ਮਰੇਗਾ, ਅਤੇ ਹੁਣ ਆਖਿਰ ਇੰਨੇ ਲੰਬੇ ਸਮੇਂ ਤੋਂ ਬਾਅਦ 2.5 ਸਾਲ ਬੀਤਣ ਨੂੰ ਆ ਗਏ ਨੇ ਨਸ਼ਾ ਪੰਜਾਬ ਦੇ ਵਿੱਚ ਬੰਦ ਹੋਇਆ? ਦੇਖੋ ਜੀ, ਨਸ਼ਾ ਪੰਜਾਬ ਦੇ ਵਿੱਚ ਬੰਦ ਨਹੀਂ ਹੋਇਆ, ਪਹਿਲੀ ਗੱਲ ਤਾਂ ਬਿਲਕੁਲ ਵੀ ਬੰਦ ਨਹੀਂ ਹੋਇਆ। ਹਾਂ, ਪਿਛਲੇ ਕੁਛ 10 ਸਾਲਾਂ ਤੋਂ ਜੋ ਦੌਰ ਚੱਲ ਰਿਹਾ ਸੀ ਪੰਜਾਬ ਦਾ ਨਸ਼ੇ ਦਾ, ਇਹ ਜਿਹੜੇ ਆਉਣ ਵਾਲੇ 3 ਸਾਲ ਹੈ ਇਹਨਾਂ 'ਚ ਕੁਛ ਨਸ਼ੇ ਦੀ ਦਰ ਘੱਟ ਹੋਈ ਹੈ, ਅਤੇ ਨਸ਼ਾ ਹਾਲੇ ਬਿਲਕੁਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ 'ਚ ਨਸ਼ਾ ਘੱਟ ਹੋ ਗਿਆ ਜਾਂ ਬਿਲਕੁਲ ਹੀ ਖਤਮ ਹੋ ਗਿਆ ਜਾਂ ਨੌਜਵਾਨ ਜਿਹੜੇ ਨਹੀਂ ਕਰਦੇ ਨਸ਼ਾ। ਨਸ਼ਾ ਹੈਗਾ ਹਾਲੇ ਵੀ ਪੰਜਾਬ 'ਚ ਹੈਗਾ, ਅਸੀਂ ਮੰਨਦੇ ਹਾਂ। ਅੱਛਾ, ਕਾਰਨ ਕੀ ਨੇ, ਕਿਉਂ ਨਹੀਂ ਨਸ਼ਾ ਖਤਮ ਹੋ ਰਿਹਾ, ਜਾਂ ਕੌਣ ਵਕਾਉਂਦਾ ਹੈ, ਕੌਣ ਘਰਾਂ ਘਰਾਂ ਤੱਕ ਸੱਥਰ ਵਿਛਾਉਣ ਦੇ ਲਈ ਨਸ਼ੇ ਦੀ ਸਾਜਿਸ਼ ਕਰ ਰਿਹਾ, ਕਿਉਂ ਨਹੀਂ ਨਸ਼ਾ ਬੰਦ ਹੋ ਰਿਹਾ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਜੋ ਨਸ਼ਾ ਵਕਾਉਂਦੇ ਆ ਉਹ 'ਚ ਸਿਸਟਮ ਦਾ ਪੂਰਾ ਹੱਥ ਹੁੰਦਾ, ਜਿਵੇਂ ਸਰਕਾਰ ਵੀ ਲਾ ਲਓ, ਸਰਕਾਰਾਂ ਲਾ ਲਓ, ਪੁਲਿਸ ਲਾ ਲਓ, ਕਿਉਂਕਿ ਜਿਹੜੇ ਸਾਡੇ ਰਖਵਾਲੇ ਨੇ, ਮੰਨ ਲਓ ਸਾਡੀ ਰਾਖੀ ਕਰਦੇ ਪੁਲਿਸ ਕਰਦੀ ਹੈ, ਕਿੱਥੋਂ ਨਸ਼ਾ ਕਰੋਸ ਹੁੰਦਾ ਉਹਦੇ ਡਿਊਟੀ ਹੈ ਜਿਹਨਾਂ ਦੀ, ਜੇ ਅਸੀਂ ਚੈਕਿੰਗ ਕਰੀਏ ਤਾਂ ਨਸ਼ਾ ਕਰੋਸ ਹੋ ਹੀ ਨਹੀਂ ਸਕਦਾ ਪੰਜਾਬ 'ਚ, ਅਤੇ ਕਿਤੇ ਨਾ ਕਿਤੇ ਇਹਨਾਂ ਦਾ ਮੇਨ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਸਿਸਟਮ ਹੀ ਨਸ਼ਾ ਵਕਾਉਂਦਾ ਹੈ। ਜੀ ਬਹੁਤ ਬਹੁਤ ਧੰਨਵਾਦ, ਕਿਤਨਾ ਕਿਤੇ ਸਿਸਟਮ ਦੇ ਉੱਤੇ ਇਲਜ਼ਾਮ ਲਗਾਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸਤਵਿੰਦਰ ਜੀ। ਅੱਛਾ ਸਤਵਿੰਦਰ, ਜਿਵੇਂ ਪੰਜਾਬ ਨੂੰ ਲੈ ਕੇ ਸਵਾਲ ਉੱਠ ਰਹੇ ਨੇ, ਅੱਜ ਕੱਲ੍ਹ ਤਾਂ ਫਿਲਮਾਂ ਵੀ ਬਣਨ ਲੱਗ ਗਈਆਂ ਪੰਜਾਬ ਦੇ ਉੱਤੇ ਕਿ ਨਸ਼ਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਬੇਰੋਕ ਵਿਕ ਰਿਹਾ ਹੈ, ਜਿਵੇਂ ਇਹਦਾ ਦਿਖਾਇਆ ਜਾਂਦਾ, ਜਿਵੇਂ ਮੀਡੀਆ ਦੇ ਵਿੱਚ ਹੈਗਾ ਜਾਂ ਜਿਵੇਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਹਾਲਾਤ ਉਹੀ ਨੇ? ਤੁਸੀਂ ਇੱਕ ਨੌਜਵਾਨ ਹੋ, ਇਸ ਕਰਕੇ ਪੁੱਛ ਰਹੇ ਹਾਂ। ਦੇਖੋ ਜੀ, ਹਾਲਾਤ ਤਾਂ ਉਹੀ ਨੇ, ਪਰ ਆਪਣਾ ਮੀਡੀਆ ਜੀ ਇਸ ਚੀਜ਼ ਨੂੰ ਵਧਾ ਚੜ੍ਹਾ ਕੇ ਦਿਖਾ ਰਿਹਾ ਜੀ। ਨਸ਼ਾ ਹਰ ਕਿਤੇ ਹੈ ਜੀ, ਹਰੇਕ ਸਟੇਟ 'ਚ ਨਸ਼ਾ ਜੀ, ਹਰੇਕ ਕੰਟਰੀ 'ਚ ਨਸ਼ਾ ਹੈ ਜੀ। ਇਹ ਤਾਂ ਫਿਰ ਚੰਗੀ ਗੱਲ ਹੋਈ ਨਾ, ਜੇ ਘਰ ਦੀ ਬਿਮਾਰੀ ਦਾ ਜਾਂ ਅਸੀਂ ਆਪਣੇ ਕਿਸੇ ਪਰਿਵਾਰ ਦੀ ਬਿਮਾਰੀ ਦੇ ਇਲਾਜ ਦੇ ਲਈ ਜਿਹੜਾ ਇਲਾਜ ਦੇ ਲਈ ਫਿਰ ਰਹੇ ਹਾਂ ਜਾਂ ਕਿਸੇ ਨੂੰ ਦਿਖਾ ਰਹੇ ਹਾਂ, ਕਿਉਂਕਿ ਨਸ਼ੇ ਦੇ ਨਾਲ ਪਰਿਵਾਰਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਮੌਤਾਂ ਹੋ ਰਹੀਆਂ ਨੇ, ਨਿੱਕੀਆਂ ਨਿੱਕੀਆਂ ਉਮਰਾਂ ਦੇ ਵਿੱਚ ਜਾਨਾਂ ਜਾ ਰਹੀਆਂ ਨਸ਼ੇ ਕਾਰਨ, ਜਾਨ ਗਈ ਹੈ, ਨਸ਼ਾ ਹੋਇਆ, ਤਾਂ ਇਹਦਾ ਮਤਲਬ ਨਸ਼ਾ ਹੋਇਆ ਨਾ? ਹਾਂਜੀ, ਨਸ਼ਾ ਹੋਇਆ ਜੀ, ਪਰ ਹੁਣ ਇੱਕ ਨਸ਼ਾ ਅੱਜ ਕੱਲ੍ਹ ਮਤਲਬ ਆਪਾਂ ਇੰਨਾ ਜ਼ਿਆਦਾ ਚੱਕ ਚੁੱਕੇ ਹਾਂ ਜੀ, ਮਤਲਬ ਠੇਕੇ ਹੈ ਜੀ ਪਿੰਡਾਂ ਦੇ, ਹਰੇਕ ਮੋੜ 'ਤੇ ਠੇਕਾ ਜੀ। ਸਰਕਾਰਾਂ ਕਹਿੰਦੀਆਂ ਅਸੀਂ ਨਸ਼ਾ ਬੰਦ ਕਰਾਉਣਾ, ਪਹਿਲਾਂ ਠੇਕੇ ਬੰਦ ਕਰਾਉਣ, ਜਾਂ ਤਾਂ ਜੀ ਇਹ ਸ਼ਰੇਆਮ ਚੱਲ ਰਿਹਾ, ਬਾਕੀ ਨਸ਼ਿਆਂ ਨੂੰ ਆਪਾਂ ਇੰਨਾ ਚੱਕਿਆ ਜਾ ਰਿਹਾ ਜੀ, ਪਹਿਲਾਂ ਠੇਕਿਆਂ ਦਾ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਨਾ ਜੀ, ਤਾਂ ਇਹ ਚੀਜ਼ ਘਟਣੀ ਚਾਹੀਦੀ ਹੈ ਥੋੜ੍ਹੀ ਬਹੁਤੀ ਜੀ। ਬਾਕੀ ਜੀ, ਨਸ਼ਾ ਤਾਂ ਪਹਿਲਾਂ ਵੀ ਸੀ, ਹੁਣ ਵੀ ਹੈ ਜੀ, ਰੁਕੇਗਾ ਕਿਵੇਂ? ਸਵਾਲ ਇਹ ਹੈ, ਰੁਕਣਾ ਤਾਂ ਜੀ ਹੁਣ ਆਪਣੇ 'ਤੇ ਹੈ ਜੀ, ਪਹਿਲੀ ਗੱਲ ਤਾਂ ਜੀ, ਦੂਜੀ ਗੱਲ ਸਰਕਾਰਾਂ ਦੀ ਗਲਤੀ ਹੈ ਜਿਹੜਾ ਨਸ਼ਾ ਆ ਰਿਹਾ ਜੀ, ਨਸ਼ਾ ਹੋਊਗਾ ਨਹੀਂ, ਕੋਈ ਕਰੂਗਾ ਕਿਵੇਂ ਨਸ਼ਾ ਜੀ, ਇਹੀ ਹੈ ਜੀ ਬਸ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਕਿਤੇ ਨਾ ਕਿਤੇ ਜਦੋਂ ਨਸ਼ਾ ਵਿਕਦਾ ਹੈ ਤਾਂ ਉਦੋਂ ਜਦੋਂ ਨਸ਼ਾ ਫੜਿਆ ਵੀ ਜਾਂਦਾ ਤਾਂ ਇਹ ਕਹਿਣ ਲੱਗ ਜਾਂਦੇ ਆ ਕਿ ਬਾਰਡਰ ਏਰੀਆ ਹੈ, ਬਾਰਡਰ ਦੇ ਰਾਹੀਂ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈ, ਜਾਂ ਕਿਸੇ ਦੂਜੀ ਸਟੇਟ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਨੇ, ਅਸੀਂ ਆਪਣਾ ਘਰ ਕਿਉਂ ਨਹੀਂ ਬੰਦ ਰੱਖਦੇ, ਅਸੀਂ ਆਪਣੀ ਸਿਕਿਉਰਿਟੀ ਕਿਉਂ ਨਹੀਂ ਟਾਈਟ ਰੱਖਦੇ ਨਸ਼ੇ ਨੂੰ ਰੋਕਣ ਦੇ ਲਈ? ਨਹੀਂ ਜੀ ਨਹੀਂ, ਬਾਰਡਰ ਤੋਂ ਤਾਂ ਸ਼ਾਇਦ ਹੀ ਆ ਸਕਦਾ ਨਸ਼ਾ, ਆਪਣੇ ਬਹੁਤ ਜਵਾਨ ਖੜੇ ਨਾ ਉੱਥੇ, ਕੁਛ ਬੰਦੇ ਨੂੰ ਆਪਣੇ ਆਪ 'ਤੇ ਵੀ ਚਾਹੀਦਾ ਵੀ ਨਸ਼ੇ 'ਤੇ ਕੰਟਰੋਲ ਕਰ ਸਕੇ, ਹੁਣ ਤਾਂ ਆਪ ਨਸ਼ੇ ਕਰਦਾ, ਸਰਕਾਰਾਂ ਵੀ ਪ੍ਰਮੋਟ ਕਰਦੀਆਂ ਨੇ, ਵੈਸੇ ਬੰਦਾ ਆਪਣੇ ਆਪ 'ਤੇ ਵੀ ਕੰਟਰੋਲ ਰੱਖ ਸਕਦਾ ਨਸ਼ੇ 'ਤੇ। ਅੱਛਾ, ਜਿਵੇਂ ਸਰਕਾਰ ਵਾਅਦੇ ਕਰਦੀ ਹੈ, ਮੁੱਖ ਮੰਤਰੀ ਸਾਹਿਬ ਦੇ ਵਾਅਦੇ ਆਉਂਦੇ ਨੇ ਕਿ ਨਸ਼ੇ ਨੂੰ 4 ਹਫ਼ਤਿਆਂ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ, 4 ਹਫ਼ਤੇ ਤਾਂ ਕਦੋਂ ਦੇ ਵਿੱਚ ਗਏ ਨਸ਼ਾ ਬੰਦ ਹੋਇਆ? ਨਸ਼ਾ ਤਾਂ ਨਹੀਂ ਦੇਖੋ ਜੀ ਬੰਦ ਹੋਇਆ, ਉਹ ਦਰ ਬਹੁਤ ਘੱਟ ਗਈ ਨਸ਼ੇ 'ਚ। ਦਰ ਘਟੀ ਹੈ? ਘਟੀ ਹੈ ਜੀ।
ਅੱਛਾ ਕਾਰਨ ਕੀ ਮੰਨਦੇ ਹੋ? ਕਿਉਂਕਿ ਪਿਛਲੀ ਸਰਕਾਰ ਸਮੇਂ ਵੀ ਨਸ਼ਾ ਵਿਕਦਾ ਸੀ, ਇਲਜ਼ਾਮ ਲੱਗਦੇ ਸੀ, ਇਸ ਸਰਕਾਰ ਸਮੇਂ ਵੀ ਇਲਜ਼ਾਮ ਲੱਗਦੇ ਰਹੇ ਨੇ। ਪਿਛਲੀ ਸਰਕਾਰ ਸਮੇਂ ਅਕਾਲੀ ਦਲ ਦੇ ਉੱਤੇ ਕਾਂਗਰਸ ਲਗਾਉਂਦੀ ਸੀ, ਹੁਣ ਕਾਂਗਰਸ ਦੇ ਉੱਤੇ ਅਕਾਲੀ ਦਲ ਲਗਾ ਰਹੀ ਹੈ, ਆਮ ਆਦਮੀ ਪਾਰਟੀ ਵੀ ਵਿੱਚ ਨੂੰ ਨਿਸ਼ਾਨਾ ਸਾਧ ਦਿੰਦੀ ਹੈ। ਸਵਾਲ ਇਹ ਹੈ ਕਿ ਸਿਆਸਤ ਹੋ ਰਹੀ ਹੈ, ਨਸ਼ਾ ਫਿਰ ਵੀ ਉਸੇ ਤਰ੍ਹਾਂ ਵਿਕ ਰਿਹਾ, ਰੋਕਣ ਦੇ ਲਈ ਕਾਰਵਾਈ ਕੀ? ਨਸ਼ਾ ਜੀ ਦੇਖੋ ਅੱਜ ਦਾ ਨਹੀਂ ਹੈ, ਪਹਿਲਾਂ ਸੀ। ਪਹਿਲਾਂ ਦਾਰੂ ਵੜਦੇ ਸੀ ਘਰ ਦੇ, ਹੁਣ ਠੇਕਿਆਂ ਦੇ ਵਿਕਣ ਲੱਗ ਗਏ। ਫੀਮ ਖਾਂਦੇ ਸੀ, ਹੁਣ ਮਾਡਰਨ ਹੋ ਗਿਆ ਥੋੜ੍ਹਾ, ਹੈ ਨਾ। ਵੀ ਹੁਣ ਲੋਕਾਂ ਨੂੰ ਵੀ ਆਪਣੇ ਆਪ 'ਤੇ ਚਾਹੀਦਾ ਵੀ ਨਸ਼ੇ ਦਾ ਸੇਵਨ ਨਾ ਕਰਨਾ, ਮੌਤਾਂ ਨਾ ਹੋਣ, ਕਿਤੇ ਨਾ ਕਿਤੇ ਆਪਣੀ ਮਾਨਸਿਕਤਾ ਨੂੰ ਦਰੁਸਤ ਕਰਨ ਦੀ ਜਿਹੜੀ ਤੁਸੀਂ ਗੱਲ ਕਹੀ ਹੈ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਹਰਿੰਦਰ ਸਿੰਘ ਜੀ। ਅੱਛਾ ਹਰਿੰਦਰ, ਨਸ਼ਾ ਪੰਜਾਬ 'ਚ ਵਿਕ ਰਿਹਾ ਜਾਂ ਨਹੀਂ? ਵਿਕ ਰਿਹਾ ਜੀ। ਕੌਣ ਵਿਕਾਉਂਦਾ ਫਿਰ? ਵੈਸੇ ਤਾਂ ਸਰਕਾਰਾਂ ਵਿਕਾਉਂਦੀਆਂ ਜੀ, ਅੱਗੇ ਉਹਨਾਂ ਦਾ ਡੀਲਰ ਹੁੰਦੇ ਜੀ, ਉਹਨਾਂ ਦਾ ਵੀ ਅੱਗੇ ਲਿੰਕ ਹੁੰਦਾ ਜੀ ਮੰਤਰੀਆਂ ਨਾਲ, ਪ੍ਰਮੋਟ ਤਾਂ ਸਰਕਾਰ ਹੀ ਕਰਦੀ ਹੈ। ਅੱਛਾ ਸਰਕਾਰ ਪ੍ਰਮੋਟ ਕਰਦੀ, ਸਰਕਾਰ ਇਹ ਕਹਿੰਦੀ ਹੈ ਕਿ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦੇਵਾਂਗੇ, ਫਿਰ ਇਹ ਦੋਹਰੀ ਰਾਜਨੀਤੀ ਕਿਉਂ? ਇਹ ਜੀ ਇੱਕ ਤਾਂ ਇਹਨਾਂ ਨੂੰ ਪ੍ਰੋਫਿਟ ਹੁੰਦਾ ਜੀ, ਕਿਉਂਕਿ ਟੈਕਸ ਭਰੇ ਜਾਂਦੇ ਨੇ ਸਾਰੇ, ਅਤੇ ਜਿੱਦਾਂ ਨਸ਼ਾ ਵਿਕਦਾ ਇਹਨਾਂ ਨੂੰ ਵੀ ਪੈਸਾ ਜਾਂਦਾ ਜੀ, ਡੀਲਰ ਆ ਜਿਹੜੇ ਉਹ ਵੀ ਪੈਸਾ ਦਿੰਦੇ ਜੀ। ਰੋਕਿਆ ਕਿਵੇਂ ਜਾਵੇਗਾ, ਕਿਉਂਕਿ ਤੁਸੀਂ ਯੂਥ ਹੈਗੇ ਆ, ਤੁਹਾਡੇ ਗਰੁੱਪ ਦੇ ਵਿੱਚ ਜਾਂ ਤੁਹਾਡੀ ਜਾਣ ਪਛਾਣ ਦੇ ਵਿੱਚ ਕਰਦਾ ਕੋਈ ਨਸ਼ਾ? ਨਹੀਂ। ਫਿਰ ਰੋਕਣ ਦੇ ਲਈ ਸਰਕਾਰ ਨੂੰ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਨੇ, ਕਿਸ ਤਰ੍ਹਾਂ ਦੀ ਪਲੈਨਿੰਗ ਬਣਾਉਣੀ ਚਾਹੀਦੀ? ਹਾਲਾਂਕਿ ਮੁੱਖ ਮੰਤਰੀ ਸਾਹਿਬ ਤਾਂ ਕਈ ਵਾਰ ਬਿਆਨ ਦੇ ਚੁੱਕੇ ਨੇ ਕਿ ਨਸ਼ਾ ਜਿਹੜਾ ਹੈ ਉਹ ਰੋਕਿਆ ਜਾਵੇਗਾ, ਨਸ਼ਾ ਤਸਕਰਾਂ ਨੂੰ ਠੱਲ ਪਾਈ ਜਾਵੇਗੀ, ਹਰ ਇੱਕ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। STF ਵੀ ਬਣਾਈ ਗਈ ਹੈ, ਕਦੀ ਮੁਖੀ ਨੂੰ ਲਗਾ ਦਿੰਦੇ ਨੇ, ਕਦੇ ਹਟਾ ਦਿੰਦੇ ਨੇ, ਪਰ ਇਸ ਤੋਂ ਬਾਅਦ ਸਵਾਲ ਇਹ ਹੈ ਕਿ ਇਹਨਾਂ ਕਾਰਵਾਈਆਂ ਦਾ ਅਸਲ ਮਾਇਨੇ ਦੇ ਵਿੱਚ ਨਸ਼ੇ ਦੇ ਉੱਤੇ ਕਿੰਨਾ ਕੁ ਅਸਰ ਹੋ ਰਿਹਾ, ਕਿਵੇਂ ਰੁਕ ਰਿਹਾ ਨਸ਼ਾ? ਦੇਖੋ ਸਰ, ਜਿੱਦਾਂ ਹਰੇਕ ਜ਼ਿਲ੍ਹੇ 'ਚ SHO ਹੁੰਦਾ, ਹਰੇਕ ਥਾਣੇ ਦਾ, ਜਿੱਦਾਂ ਪੂਰੇ ਸਟੇਟ 'ਚੋਂ ਅਗਰ 4-5 SHO ਸਸਪੈਂਡ ਹੋ ਜਾਣ ਤਾਂ ਬਾਕੀਆਂ ਸਾਰਿਆਂ 'ਚ ਡਰ ਬੈਠ ਜੂਗਾ। ਇੱਦਾਂ ਕਰਕੇ ਆਪਾਂ ਪੂਰੇ ਇਲਾਕੇ 'ਚ, ਮਤਲਬ ਪੂਰੇ, ਤੁਸੀਂ ਕਿਤੇ ਨਾ ਕਿਤੇ ਇਹ ਕਹਿ ਰਹੇ ਹੈਗੇ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਉੱਚ ਅਥਾਰਟੀ ਦੇ ਉੱਤੇ ਬੈਠੇ ਹੈਗੇ ਨੇ, ਉਹਨਾਂ ਦੇ ਉੱਤੇ ਜੇਕਰ ਕਾਰਵਾਈ ਹੋਵੇਗੀ, ਠੋਸ ਕਾਰਵਾਈ, ਉਸ ਤੋਂ ਬਾਅਦ ਹੀ ਨਸ਼ੇ ਨੂੰ ਕਿਤੇ ਨਾ ਕਿਤੇ ਠੱਲ ਪਵੇਗੀ। ਹਾਂਜੀ ਹਾਂਜੀ, ਇਹੀ ਹੈ ਜੀ, ਇਹੀ ਹੋ ਸਕਦਾ ਜੀ। ਬਾਕੀ ਸਰਕਾਰ ਅਗਰ ਚਾਹੇ ਤਾਂ 4 ਹਫ਼ਤੇ 'ਚ ਵੀ ਬੰਦ ਹੋ ਸਕਦਾ ਨਸ਼ਾ, ਅਗਰ ਸਰਕਾਰ ਚਾਹੇ ਤਾਂ ਜੀ। ਬਹੁਤ ਬਹੁਤ ਧੰਨਵਾਦ। ਜੇ ਸਰਕਾਰ ਚਾਹੁੰਦੀ ਹੈ ਤਾਂ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਹੋ ਸਕਦਾ, ਤੁਹਾਡਾ ਕੀ ਮੰਨਣਾ ਕਿ ਨਸ਼ਾ ਬੰਦ ਹੋ ਸਕਦਾ ਜਾਂ ਫਿਰ ਉਸੇ ਤਰ੍ਹਾਂ ਚੱਲਦਾ ਰਹੇਗਾ? ਨਹੀਂ, ਨਸ਼ਾ ਤਾਂ ਨਹੀਂ ਬੰਦ ਹੋ ਸਕਦਾ, ਇਹ ਤਾਂ ਉੱਦਾਂ ਹੀ ਚੱਲਦਾ ਰਹੇਗਾ। ਕਾਰਨ ਕਿਉਂ? ਕਿਉਂਕਿ ਇਹ ਸਾਰਾ ਸਿਸਟਮ ਇਨਵੋਲਵ ਹੈ ਨਾ ਇਹ 'ਚ। ਸਿਸਟਮ ਦੇ ਵਿੱਚ ਕੌਣ ਕੌਣ? ਜਿਵੇਂ ਸਰਕਾਰਾਂ ਵੀ ਹੋ ਗਈਆਂ ਅਤੇ ਨਾਲੇ ਪੁਲਿਸ ਵਾਲੇ ਵੀ ਹੋ ਗਏ। ਜਦੋਂ ਕਿਸੇ ਬੰਦੇ ਨੂੰ ਫੜਿਆ ਜਾਂਦਾ ਹੈ ਤਾਂ ਮਤਲਬ ਪਿੰਡਾਂ ਵੱਲੋਂ ਕੋਈ ਵੀ ਉਪਰਾਲਾ ਕੀਤਾ ਜਾਂਦਾ ਜਾਂ ਕੋਈ ਨਸ਼ੇ ਵਾਲੇ ਬੰਦੇ ਨੂੰ ਫੜਾਇਆ ਜਾਂਦਾ ਹੈ ਤਾਂ ਉਹ ਲੋਕ ਉਹਨਾਂ ਨਾਲ ਕਿਸੇ ਨਾ ਕਿਸੇ ਲੀਡਰ ਨਾਲ ਗੱਲਬਾਤ ਹੁੰਦੀ ਹੈ ਜਾਂ ਉਹਨਾਂ ਠਹਿਰਾਉਣ ਵਾਲਿਆਂ ਨਾਲ ਪੈਸੇ ਬੰਨੇ ਹੁੰਦੇ ਆ ਤਾਂ ਉਹਨਾਂ ਨੂੰ ਪੈਸੇ ਦੇ ਕੇ ਉਹ ਤੋਂ ਛੁੱਟ ਜਾਂਦੇ ਆ ਫਿਰ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਨੌਜਵਾਨਾਂ ਦਾ ਵੀ ਇਹੋ ਕਹਿਣਾ ਕਿ ਕਿਤੇ ਨਾ ਕਿਤੇ ਨਸ਼ਾ ਵਿਕਾਉਣ ਦੇ ਵਿੱਚ ਸਰਕਾਰਾਂ ਦਾ ਹੱਥ ਹੁੰਦਾ ਹੈ। ਸਰਕਾਰੀ ਆਗੂ, ਸਰਕਾਰੀ ਮੰਤਰੀ ਹਰ ਇੱਕ ਪੱਧਰ ਦੇ ਉੱਤੇ ਨਸ਼ਾ ਵਿਕਾਉਣ ਦੇ ਲਈ ਨਸ਼ਾ ਤਸਕਰਾਂ ਦੇ ਨਾਲ ਮਿਲੀ ਭੁਗਤ ਕਰਦੇ ਨੇ ਅਤੇ ਉਸ ਤੋਂ ਬਾਅਦ ਹੀ ਪੰਜਾਬ ਦੀਆਂ ਗਲੀਆਂ ਸੜਕਾਂ ਦੇ ਉੱਤੇ ਪੰਜਾਬ ਦੇ ਘਰਾਂ ਤੱਕ ਨਸ਼ਾ ਪਹੁੰਚਦਾ ਅਤੇ ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਮੌਤਾਂ ਦਾ ਸਿਲਸਿਲਾ ਹੁੰਦਾ ਹੈ। ਪਰ ਇੱਥੇ ਸਵਾਲ ਇਹ ਖੜ੍ਹਾ ਹੋ ਜਾਂਦਾ ਕਿ ਜੇਕਰ ਮੁੱਖ ਮੰਤਰੀ ਸਾਹਿਬ ਨੇ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਪੰਜਾਬ ਦੀ ਆਵਾਮ ਨਾਲ ਕੀਤਾ ਸੀ ਤਾਂ ਉਹ ਵਾਅਦਾ 2.5 ਸਾਲ ਬੀਤਣ ਤੱਕ ਵੀ ਕਿਉਂ ਨਹੀਂ ਪੂਰਾ ਹੋਇਆ? ਲਗਾਤਾਰ ਸਵਾਲ ਉਠਾਏ ਜਾ ਰਹੇ ਨੇ, ਪਰ ਇਹਨਾਂ ਸਵਾਲਾਂ ਦਾ ਹੁਣ ਆਖਰ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਬਣਦਾ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆਗਿਆ। ਧੰਨਵਾਦ।